ਭਾਵੇਂ ਗੁਰਦੀਪ ਨੇ ਤਸੱਲੀ ਦਵਾਈ ਸੀ ਕਿ ਉਹ ਜੱਗੀ ਨੂੰ ਬਚਾਉਣ 'ਚ ਉਹਨਾਂ ਦੀ ਮਦਦ ਕਰੇਗਾ ਪਰ ਇਸ ਗੱਲ ਦੀ ਕੋਈ ਪੱਕੀ ਗਾਰੰਟੀ ਨਹੀਂ ਸੀ। ਸ਼ਿੰਦਰ ਤੇ ਜੱਗਾ ਸੁਖਮਨੀ ਦੇ ਘਰ ਜਾਣ ਲਈ ਤਿਆਰ ਹੋ ਰਹੇ ਸਨ। ਗੁਰਦੀਪ ਦੇ ਦੱਸੇ ਮੁਤਾਬਿਕ ਉਹ ਉਹਨਾਂ ਦਾ ਮਿੰਤ ਤਰਲਾ ਕਰਕੇ ਉਹਨਾਂ ਨੂੰ ਜੱਗੀ ਦੇ ਖਿਲਾਫ ਕੀਤੇ ਕੇਸ ਵਾਪਸ ਲੈਣ ਲਈ ਮਨਾਉਣ ਜਾ ਰਹੇ ਸਨ। ਜੱਗੀ ਦੇ ਡੈਡੀ ਛੱਡ ਪਰੇ ਆਪਾਂ ਨਹੀਂ ਜਾਣਾ ਉਹਨਾਂ ਦੇ ਘਰ ਆਪਾਂ ਕੋਈ ਹੋਰ ਗੱਲ ਕਰ ਲਵਾਂਗੇ। ਅਚਾਨਕ ਸ਼ਿੰਦਰ ਬੋਲੀ ਕਿਉਂ ਹੁਣ ਤੇਰੇ ਕੀ ਹੋ ਗਿਆ ਜਾਣਾ ਕਿਉਂ ਨਹੀਂ ਕੱਲ ਦੀ ਤਾਂ ਕਹੀ ਜਾਨੀ ਹੈ ਸੁਬਾ ਚੱਲਾਂਗੇ ਰਾਤ ਵੀ ਮਸਾਂ ਕੱਢੀ ਹੈ। ਜੱਗਾ ਉਹਦੇ ਕੋਲ ਆ ਕੇ ਪੁੱਛਣ ਲੱਗਾ ਹਾਂ ਕੱਲ ਦੀ ਕਹਿ ਰਹੀ ਸੀ ਜਾਣ ਨੂੰ ਪਰ ਹੁਣ ਮੈਂ ਨਹੀਂ ਜਾਣ ਨੂੰ ਵੀ ਕਹਿ ਰਹੀ ਹਾਂ ਕੱਲ ਦੀ ਗੱਲ ਫੜ ਕੇ ਬੈਠ ਜਾ ਕਰ ਤੂੰ। ਸ਼ਿੰਦਰ ਗੁੱਸੇ 'ਚ ਬੋਲੀ ਕਿਉਂ ਹੁਣ ਕੀ ਗੋਲੀ ਵੱਜ ਗਈ ਤੇਰੇ ਮੱਚੀ ਰਹਿਨੀ ਹੈ ਸਾਰਾ ਦਿਨ ਜਾਣਾ ਕਿਉਂ ਨਹੀਂ ਇਹ ਵੀ ਦੱਸ ਮੁੰਡੇ ਨੂੰ ਜੇਲ੍ਹ 'ਚ ਹੀ ਬਿਠਾਉਣਾ ਕਿ ਸਾਰੀ ਉਮਰ। ਜੱਗਾ ਵੀ ਅੱਗੋਂ ਗੁੱਸੇ 'ਚ ਬੋਲਿਆ ਆਈ ਕਿਵੇਂ ਮੁੰਡੇ ਨੂੰ ਜੇਲ੍ਹ 'ਚ ਛੱਡ ਦਿਉਂ ਬਾਹਰ ਕੱਢ ਕੇ ਦਿਖਾਊਂ ਉਹ ਵੀ ਸੜੇ ਹੋਏ ਜੱਟਾਂ ਦੀਆਂ ਮਿੰਨਤਾਂ ਕਰੇ ਬਿਨਾਂ। ਸ਼ਿੰਦਰ ਨੇ ਨਵੇਂ ਕੱਪੜੇ ਬਦਲ ਕੇ ਪੁਰਾਣੇ ਪਾ ਲਏ। ਅੱਛਾ ਆਹ ਤਕਲੀਫ ਆ ਟੌਰਚ ਫਰਕ ਪੈਂਦਾ ਆਪਦੇ ਪੁੱਤ ਦੀ ਮਾਰੀ ਤੂੰ ਇੰਨਾ ਵੀ ਨਹੀਂ ਕਰ ਸਕਦੀ ਪਰ ਮੈਂ ਵੀ ਕਿਹਦੇ ਨਾਲ ਮੱਥਾ ਮਾਰਦਾ ਤੂੰ ਪੁੱਤ ਦੀ ਬਣੀ ਹੁੰਦੀ ਤਾਂ ਉਹਨੂੰ ਇਹੋ ਜਿਹੇ ਟੇਢੇ ਰਾਹਾਂ 'ਤੇ ਨਾ ਚੱਲਣ ਦਿੰਦੀ ਜਿੱਥੋਂ ਸਿਰਫ ਠੇਢੇ ਵੱਜਣੇ ਆ ਅਤੇ ਪੈਰਾਂ 'ਚ ਪਖੜੇ ਹੀ ਚੁੱਭਣੇ ਆ। ਤੂੰ ਤਾਂ ਆਪਣੀ ਹੈ ਸਿਰਫ ਤੈਨੂੰ ਆਪਣੀ ਐਸ਼ ਪ੍ਰਸਤੀ ਤੱਕ ਮਤਲਬ ਹੈ ਬਸ ਦੂਜਾ ਕੋਈ ਮਰੇ ਕੋਈ ਜਿਉਵੇ ਤੈਨੂੰ ਕੋਈ ਫਰਕ ਨਹੀਂ ਪੈਂਦਾ। ਜੱਗਾ ਹਰ ਵਾਰ ਦੀ ਤਰ੍ਹਾਂ ਸ਼ਿੰਦਰ ਨੂੰ ਸੁਣਾ ਰਿਹਾ ਸੀ ਟੌਰਚ ਕੋਈ ਫਰਕ ਨਹੀਂ ਪੈਂਦਾ ਨਾਲੇ ਕੀ ਤੂੰ ਮੈਨੂੰ ਸਾਰਾ ਦਿਨ ਐਸ਼ ਐਸ਼ ਸੁਣਾਉਂਦਾ ਰਹਿੰਦਾ ਕੀ ਐਸ਼ ਕਰਦੀ ਹਾਂ ਆਂ ਮੈਂ ਤੂੰ ਕਰਦਾ ਹੈ ਐਸ਼ ਲੈ ਕੇ ਟਰੱਕ ਤੁਰ ਜਾਂਦਾ ਮੈਨੂੰ ਕੀ ਪਤਾ ਉੱਥੇ ਕੀ ਖੇ ਖਾਂਦਾ ਏ। ਸ਼ਿੰਦਰ ਗੁੱਸੇ 'ਚ ਬੋਲੀ ਜ਼ੁਬਾਨ ਨੂੰ ਲਗਾਮ ਦੇ ਤੈਨੂੰ ਵੀ ਪਤਾ ਕੌਣ ਖੇ ਖਾਂਦਾ ਕੌਣ ਨਹੀਂ ਮੇਰਾ ਮੂੰਹ ਨਾ ਖੁਲਵਾ ਇਹ ਜਿਹੜੀ ਤੂੰ ਅੱਤ ਚੱਕੀ ਹੋਈ ਹੈ ਨਾ ਇਹ ਕੋਈ ਨਾ ਕੋਈ ਕਾਰਾ ਤਾਂ ਕਰਾ ਕੇ ਹੀ ਛੱਡੂ। ਜੱਗਾ ਬੋਲਿਆ ਜਦੋਂ ਮੈਂ ਕਹੀ ਜਾਂਦੀ ਹਾਂ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਗੱਲ ਨੂੰ ਸੁਣਦਾ ਕਿਉਂ ਨਹੀਂ ਝੂਠ ਬੋਲ ਕੇ ਰਿਸ਼ਤਾ ਕੀਤਾ ਅਗਲੇ ਹਜ਼ਾ ਲਾਉਣਗੇ ਨਾ ਉਹ ਆਪਣੀ ਗੱਲ ਮੰਨਣਗੇ ਜਿੰਨੇ ਮਰਜ਼ੀ ਮਿੰਨਤਾਂ ਤਰਲੇ ਕਰ ਲਈ ਫਿਰ ਕੀ ਕਰਨਾ ਬੇਗਾਨੇ ਪਿੰਡ ਦੇ ਜੱਟਾਂ ਤੋਂ ਬੇਇੱਜ਼ਤੀ ਕਰਾਉਣ ਦਾ ਕਹਿ ਕੇ ਸ਼ਿੰਦਰ ਝਾੜੂ ਲਾਉਣ ਲੱਗ ਪਈ ਕਿਉਂ ਤੈਨੂੰ ਕੀ ਪਤਾ ਬਿਨਾਂ ਗੱਲ ਕਰੇ ਹੀ ਆਪਦਾ ਹੀ ਫੈਸਲਾ ਸੁਣਾ ਤਾ ਵੀ ਮੰਨਣਾ ਨਹੀਂ ਸਾਰੇ ਤੇਰੇ ਵਰਗੇ ਠੱਗ ਨਹੀਂ ਚੰਗੇ ਬੰਦੇ ਆ ਉਹ ਮੈਨੂੰ ਲੱਗਦਾ ਜ਼ਰੂਰ ਮੰਨ ਜਾਣਗੇ ਜੱਗੇ ਨੇ ਉਮੀਦ ਨਾਲ ਕਿਹਾ ਮੈਨੂੰ ਪਤਾ ਹੀ ਆ ਤੂੰ ਆਪ ਸੋਚ ਪਹਿਲਾਂ ਗੱਪ ਮਾਰ ਕੇ ਰਿਸ਼ਤਾ ਕੀਤਾ ਫਿਰ ਜਦ ਉਹਨਾਂ ਨੂੰ ਪਤਾ ਲੱਗਾ ਮੁੱਕਰ ਗਏ ਆਪਾਂ ਉੱਤੋਂ ਉਹਨਾਂ ਦੀ ਕੁੜੀ ਨੂੰ ਧੱਕੇ ਨਾਲ ਲਿਆਉਣ ਦੀਆਂ ਧਮਕੀਆਂ ਦਿੱਤੀਆਂ ਤੈਨੂੰ ਲੱਗਦਾ ਮੰਨ ਜਾਣਗੇ ਮੈਨੂੰ ਤਾਂ ਲੱਗਦਾ ਅਗਲਿਆਂ ਨੇ ਦਹਿਲੀਜ਼ ਨਹੀਂ ਚੜ੍ਹਨ ਦੇਣਾ। ਸ਼ਿੰਦਰ ਬੋਲੀ ਇਹ ਸਭ ਸਿਆਪੇ ਵੀ ਤੁਹਾਡੇ ਹੀ ਸਿਹੇੜੇ ਆ ਮੈਂ ਉਦੋਂ ਹੀ ਕਿਹਾ ਸੀ ਝੂਠ ਨਾ ਬੋਲਿਓ ਝੂਠ ਦੇ ਪੈਰ ਨਹੀਂ ਹੁੰਦੇ ਇੱਕ ਦਿਨ ਫੜਿਆ ਹੀ ਜਾਣਾ ਪਰ ਜਦੋਂ ਤੁਸੀਂ ਮਾਂ ਪੁੱਤ ਮੇਰੇ ਗੱਲ ਗੂਠਾ ਦੇਣ ਤੱਕ ਗਏ ਆਪਦੇ ਪਾਪ ਦਾ ਮੈਨੂੰ ਵੀ ਭਾਗੀਦਾਰ ਬਣਾਇਆ ਹੁਣ ਕੀ ਲੈ ਆਉਂਦਾ ਡੋਲਾ ਜਿਹੜਾ ਘਰੇ ਜਵਾਕ ਸੀ ਉਹ ਵੀ ਜੇਲ੍ਹ 'ਚ ਧੱਕਤਾ ਹੁਣ ਫਿਰਦੀ ਰਹਿ ਕੱਲੀ ਖੇ ਖਾਂਦੀ ਮੈਂ ਤੁਰਜੂ ਟਰੱਕ ਲੈ ਕੇ ਤੈਨੂੰ ਖੁੱਲ ਹੋ ਗਈ ਕੋਈ ਰੋਕ ਟੋਕ ਨਹੀਂ ਰਹੀ ਬੁੜਬੁੜ ਕਰਦਾ ਜੱਗਾ ਟਰੱਕ ਸਾਫ਼ ਕਰਨ ਲੱਗ ਪਿਆ ਉੱਧਰ ਜੀਤ ਅਤੇ ਜੋਰਾ ਜਾ ਕੇ ਸੁਖਮਨੀ ਨੂੰ ਲੈ ਆਏ ਸੀ ਉਹਨਾਂ ਨੇ ਹੁਣ ਸੁਖਮਨੀ ਨੂੰ ਇੱਥੇ ਆਪਣੇ ਸ਼ਹਿਰ ਹੀ ਪ੍ਰੈਕਟਿਸ ਕਰਾਉਣੀ ਸੀ ਸੁਖਮਨੀ ਨੇ ਆਪਣੀ ਦੋਸਤ ਨਾਲ ਮਿਲ ਕੇ ਜੱਗੀ ਦੇ ਕੇਸ 'ਤੇ ਸਟੱਡੀ ਸ਼ੁਰੂ ਕਰ ਦਿੱਤੀ ਸੀ ਉਹ ਕਿਸੇ ਵੀ ਹਾਲਤ 'ਚ ਜੱਗੀ ਨੂੰ ਬਖਸ਼ਣਾ ਨਹੀਂ ਚਾਹੁੰਦੀ ਸੀ ਜੱਗੀ ਨੇ ਜੋ ਉਹਦੀ ਜ਼ਿੰਦਗੀ 'ਚ ਭੁਚਾਲ ਲਿਆਂਦਾ ਸੀ ਉਸ ਇੱਕ ਇੱਕ ਪਲ ਦਾ ਹਿਸਾਬ ਲੈਣਾ ਉਹ ਚਾਹੁੰਦੀ ਸੀ ਜੱਗੀ ਤਾਂ ਵੈਸੇ ਵੀ ਫਸਿਆ ਫਸਾਇਆ ਹੀ ਸੀ ਉਹਦੇ ਉੱਪਰ ਪਹਿਲਾਂ ਹੀ ਕਤਲ ਚੋਰੀ ਬਲਾਤਕਾਰ ਅਤੇ ਹੋਰ ਪਤਾ ਨਹੀਂ ਕੀ ਕੇਸ ਚੱਲ ਰਹੇ ਸਨ ਇੱਕ ਹੋਰ ਕੇਸ ਸੁਖਮਨੀ ਨੇ ਧੋਖਾਧੜੀ ਅਤੇ ਇੱਕ ਕੇਸ ਹੋਸਟਲ ਵਾਲਿਆਂ ਵੱਲੋਂ ਕਰ ਦਿੱਤਾ ਗਿਆ ਸੀ ਜਿਸ ਦਾ ਸਿੱਧਾ ਮਤਲਬ ਸੀ ਕਿ ਜੱਗੀ ਲੰਬਾ ਅੰਦਰ ਜਾਣ ਵਾਲਾ ਸੀ ਉਮਰ ਕੈਦ ਦੀ ਸਜ਼ਾ ਉਹਨੂੰ ਹੋ ਸਕਦੀ ਸੀ ਅਤੇ ਉਹਦੇ ਬਚਣ ਦਾ ਕੋਈ ਰਸਤਾ ਨਹੀਂ ਸੀ ਕਿਉਂ ਫਿਰ ਡੈਡੀ ਕਿੱਦਾਂ ਰਹੀ ਐਡਵੋਕੇਟ ਸੁਖਮਨੀ ਦੀ ਸਕੀਮ ਸੱਪ ਵੀ ਮਰ ਗਿਆ ਅਤੇ ਸੋਟੀ ਵੀ ਬਚ ਗਈ ਸੁਖਮਨੀ ਨੇ ਸੋਫੇ 'ਤੇ ਬੈਠਦੇ ਹੋਏ ਕਿਹਾ
ਉਹ ਮੰਨਗੇ ਬਾਈ ਮੰਨਗੇ ਸਾਡੀ ਧੀ ਤਾਂ ਸੱਚਿਆਂ ਵਕੀਲ ਬਣ ਗਈ ਐਵੇਂ ਸਾਡੀ ਇੱਕ ਗਲਤੀ ਕਰਕੇ ਸਭ ਸਾਰੇ ਟੱਬਰ ਦੀ ਜਾਨ ਸੂਲੀ 'ਤੇ ਟੰਗੀ ਪਈ ਸੀ ਅਤੇ ਸਾਡੀ ਧੀ ਦੀ ਸੂਝ ਬੂਝ ਅਤੇ ਸਿਆਣਪ ਕਰਕੇ ਸਾਰੀ ਉਲਝੀ ਆਣੀ ਸੂਤ ਆ ਗਈ ਜੀਤ ਨੇ ਸੁਖਮਨੀ ਦੀ ਤਾਰੀਫ਼ ਕਰਦੇ ਹੋਏ ਕਿਹਾ ਵਾਕਿਆ ਬਾਈ ਤੂੰ ਤਾਂ ਪੁੱਤ ਸਾਡੀ ਸਭ ਦੀ ਜਾਨ ਸੌਖੀ ਕਰਤੀ ਬਹੁਤ ਵੱਡਾ ਗੁਨਾਹ ਕਰ ਲਿਆ ਸੀ ਅਸੀਂ ਮਾਮੀ ਉੱਤੇ ਯਕੀਨ ਕਰਕੇ ਅਸੀਂ ਤਾਂ ਤੇਰੀ ਵੀ ਬੇੜੀ ਵੱਟੇ ਪਾ ਦਿੱਤੇ ਸੀ ਪੁੱਤ ਅਰਜਨ ਸਿਉਂ ਨੇ ਆਪਣੀ ਗਲਤੀ ਮੰਨੀ ਉਹ ਬਾਪੂ ਜੀ ਛੱਡੋ ਪਰੇ ਤੁਸੀਂ ਜੋ ਵੀ ਹੋਇਆ ਉਹ ਰੱਬ ਦੀ ਮਰਜ਼ੀ ਸੀ ਜੋ ਹੋ ਰਿਹਾ ਉਹ ਵੀ ਰੱਬ ਦੀ ਰਜ਼ਾ ਏ ਇਨਸਾਨ ਦੇ ਹੱਥ ਵਿੱਚ ਕੁਝ ਨਹੀਂ ਸਿਵਾਏ ਮਿਹਨਤ ਦੇ ਹੁਣ ਆਪਾਂ ਮਿਹਨਤ ਕੀਤੀ ਆਪਣਾ ਕਰਮ ਕੀਤਾ ਜੱਗੀ ਦਾ ਪਰਦਾ ਫਾਸ਼ ਕਰਨ ਲਈ ਦੇਖੋ ਨਤੀਜਾ ਸਾਹਮਣੇ ਆ ਸੁਖਮਨੀ ਨੇ ਅਰਜਨ ਸਿਉਂ ਨੂੰ ਗੱਲ ਵੱਕੜੀ ਪਾਉਂਦੇ ਹੋਏ ਕਿਹਾ ਗੱਲ ਤਾਂ ਸਹੀ ਹੈ ਪੁੱਤ ਤੇਰੀ ਪਰ ਅਸੀਂ ਗੁਨਾਹਗਾਰ ਹਾਂ ਸਾਡੀ ਇਹ ਗਲਤੀ ਤੇਰੀ ਜ਼ਿੰਦਗੀ ਖਰਾਬ ਕਰ ਸਕਦੀ ਸੀ ਪੰਮੀ ਨੇ ਅਫਸੋਸ ਜਤਾਇਆ ਹਾਂਜੀ ਭੈਣੇ ਮੈਂ ਤੇਰਾ ਭਰਾ ਵੀ ਤੇਰੇ ਲਈ ਕੁਛ ਨਾ ਕਰ ਸਕਿਆ ਇੰਨਾ ਪੜ੍ਹ ਲਿਖ ਕੇ ਵੀ ਇਹੋ ਜਿਹੀ ਗਲਤੀ ਕਰ ਬੈਠਾ ਨਾਲੇ ਪਤਾ ਅੱਜ ਕੱਲ੍ਹ ਤਾਂ ਆਪਦੇ ਸਕੇ 'ਤੇ ਯਕੀਨ ਦਾ ਜ਼ਮਾਨਾ ਨਹੀਂ ਖਾਸ ਕਰ ਰਿਸ਼ਤੇ ਵਰਗੀ ਗੱਲ ਲਈ ਤਾਂ ਕਦੇ ਕਿਸੇ 'ਤੇ ਯਕੀਨ ਨਾ ਕਰੋ ਚੰਗੀ ਤਰ੍ਹਾਂ ਖੋਜ ਕੇ ਪਤਾ ਕਰਕੇ ਤਸੱਲੀ ਕਰਕੇ ਰਿਸ਼ਤਾ ਕਰੋ ਕਿਉਂਕਿ ਇਹ ਕੋਈ ਗੁੱਡੇ ਗੁੱਡੀਆਂ ਦਾ ਖੇਲ ਨਹੀਂ ਨਾ ਹੀ ਧੀ ਭੈਣ ਕੋਈ ਗਾਂ ਮੱਝ ਹੈ ਕਿ ਇੱਥੇ ਠੀਕ ਨਹੀਂ ਲੱਗਿਆ ਤਾਂ ਕਿਸੇ ਹੋਰ ਕਿੱਲੇ ਬੰਨ ਦਿਆਂਗੇ ਇਹ ਤਾਂ ਸਾਰੀ ਉਮਰ ਦਾ ਸੰਬੰਧ ਹੈ ਚੰਗੇ ਥਾਂ ਹੋਵੇ ਤਾਂ ਪਿਆਰ ਬੰਧਨ ਅਤੇ ਮਾੜੇ ਥਾਂ ਹੋਵੇ ਤਾਂ ਪੈਰਾਂ ਦੀਆਂ ਬੇੜੀਆਂ ਬਣ ਜਾਂਦਾ ਜੋਰਾ ਭਾਵਕ ਹੋ ਕੇ ਬੋਲਿਆ ਓਹ ਹੁਣ ਤਾਂ ਸਭ ਕੁਝ ਠੀਕ ਹੋ ਗਿਆ ਹੁਣ ਕਿਉਂ ਐਵੇਂ ਇਮੋਸ਼ਨਲ ਜੇ ਡਾਇਲੋਗ ਛੱਡੀ ਜਾਂਦੇ ਹੋ ਬਸ ਛੱਡੋ ਉਹ ਆਫਤ ਦੀ ਗੱਲ ਆਪਣੀ ਗੱਲ ਕਰੋ ਅੱਜ ਤੋਂ ਬਾਅਦ ਉਸ ਬੰਦੇ ਦੀ ਗੱਲ ਨਹੀਂ ਕਰਨੀ ਆਪਾਂ ਸੁਖਮਨੀ ਨੇ ਕਿਹਾ ਠੀਕ ਆ ਠੀਕ ਆ ਬਸ ਠੀਕ ਆ ਉਹ ਸਾਰੇ ਇਕੱਠੇ ਹੱਸਦੇ ਹੋਏ ਬੋਲੇ ਇਹ ਇੱਕ ਮਾੜਾ ਵਕਤ ਸੀ ਜੋ ਸੁਖਮਨੀ ਦੀ ਜ਼ਿੰਦਗੀ 'ਚ ਆਇਆ ਪਰ ਬੜੀ ਜਲਦੀ ਚਲਾ ਗਿਆ ਪੰਮੀ ਦੀ ਤਰ੍ਹਾਂ ਬੁਰੇ ਦਿਨਾਂ ਨੇ ਲੰਬੀ ਪੀਂਗ ਨਹੀਂ ਪਾਈ ਸੀ ਪਰ ਫਿਰ ਵੀ ਪੰਮੀ ਨੂੰ ਫਿਕਰ ਵੱਧ ਗਿਆ ਸੀ ਕਿ ਉਹਦੀ ਧੀ ਦੀ ਕਿਸਮਤ ਵੀ ਕਿਤੇ ਉਹਦੇ ਵਰਗੀ ਹੀ ਤਾਂ ਨਹੀਂ ਪੰਮੀ ਭਾਵੇਂ ਇਸ ਵਕਤ ਪਰਿਵਾਰ ਨਾਲ ਖੁਸ਼ ਸੀ ਪਰ ਉਹਨੂੰ ਸੁਖਮਨੀ ਦੇ ਦੁਖਿਆਰੀ ਮਾਂ ਦੀ ਦੁਖਿਆਰੀ ਧੀ ਬਣਨ ਦਾ ਡਰ ਦਿਲ 'ਚ ਬੈਠ ਗਿਆ ਸੀ ਖੈਰ ਸਮੇਂ ਨੇ ਸਾਰੇ ਜ਼ਖਮ ਭਰ ਹੀ ਦੇਣੇ ਸੀ ਕਿਉਂਕਿ ਸਮਾਂ ਬੜਾ ਬਲਵਾਨ ਹੁੰਦਾ ਇਹ ਸਾਰਾ ਪਰਿਵਾਰ ਉਲਝੀ ਹੋਈ ਤਾਣੀ ਨੂੰ ਸੁਲਝਾ ਕੇ ਬੇਫਿਕਰਾ ਹੋ ਗਿਆ ਸੀ ਪਰ ਉੱਧਰ ਸ਼ਿੰਦਰ ਘਰੇ ਅਤੇ ਜੱਗੀ ਦੋਸਤਾਂ ਸਮੇਤ ਜੇਲ੍ਹ 'ਚ ਉਲਝ ਰਿਹਾ ਸੀ ਕਿ ਇਹ ਸਭ ਹੋਇਆ ਤਾਂ ਹੋਇਆ ਕਿਵੇਂ ਇਸ ਸਾਰੀ ਗੇਮ ਦਾ ਮੁੱਖ ਖਿਡਾਰੀ ਕੌਣ ਸੀ ਅਤੇ ਉਹਨੇ ਕਿਹੜੇ ਢੰਗ ਨਾਲ ਪਿਆਦੇ ਵਰਤੇ ਸ਼ਤਰੰਜ ਦੀ ਖੇਡ ਵਾਂਗ ਇੱਕੋ ਵਾਰ 'ਚ ਸਾਰੀ ਗੇਮ ਪਲਟ ਕੇ ਰੱਖ ਦਿੱਤੀ ਸੀ ਕਿਸੇ ਤੇਜ਼ ਦਿਮਾਗ ਨੇ ਉਹਨਾਂ ਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਲੱਗ ਰਹੀ ਸੀ ਮੈਨੂੰ ਤੁਹਾਡੇ ਚਿਹਰੇ ਦੇ ਹਾਵ ਭਾਵ ਸਾਫ਼ ਨਜ਼ਰ ਆ ਰਹੇ ਹਨ ਮੈਨੂੰ ਲੱਗਦਾ ਸਮਝ ਤੁਹਾਨੂੰ ਵੀ ਨਹੀਂ ਆਈ ਕਿਉਂ ਨਹੀਂ ਆਈ ਨਾ ਕੋਈ ਗੱਲ ਨਹੀਂ ਆਪਾਂ ਕਿਸ ਵਾਸਤੇ ਹਾਂ ਸਮਝਾ ਦਿੰਦੇ ਹਾਂ ਪਰ ਪੂਰੀ ਗੱਲ ਨੂੰ ਸਮਝਣ ਲਈ ਸਾਨੂੰ ਇਸ ਕਹਾਣੀ 'ਚ ਥੋੜ੍ਹੇ ਜਿਹੇ ਪਿੱਛੇ ਜਾਣੀ ਪਾਸਟ 'ਚ ਜਾਣਾ ਪਊ ਜ਼ਿਆਦਾ ਨਹੀਂ ਬਸ ਕੁਝ ਕੁ ਦਿਨ ਆ ਜਾਓ ਫਿਰ ਲੈ ਚੱਲਦਾ ਤੁਹਾਨੂੰ ਕੁਝ ਕੁ ਦਿਨ ਪਿੱਛੇ ਆਹ ਆਹ ਬੜੇ ਕਾਹਲੇ ਹੋ ਬਾਬੇ ਹੋ ਜੱਗੀ ਦੇ ਜੇਲ੍ਹ ਜਾਣ ਦਾ ਰਾਜ ਜਾਣਨ ਲਈ ਅੱਗੇ ਹੀ ਲੰਘ ਚੱਲੇ ਸੀ ਬਸ ਇੱਥੇ ਜੇ ਰੁਕੋ ਹਫ਼ਤਾ ਕੁ ਪਹਿਲਾਂ ਜਦੋਂ ਮਾਮੀ ਨੂੰ ਜੀਤ ਕਿਆਂ ਨੇ ਘਰੇ ਬੁਲਾ ਕੇ ਜੱਗੀ ਦੇ ਘਰ ਭੇਜਿਆ ਸੀ ਅਤੇ ਫਿਰ ਜੱਗੀ ਕਿਆਂ ਨੇ ਰਿਸ਼ਤਾ ਤੋੜਨ ਤੋਂ ਸਾਫ਼ ਮਨ੍ਹਾ ਕਰਕੇ ਧੱਕੇ ਨਾਲ ਸੁਖਮਨੀ ਨੂੰ ਵਿਆਹੁਣ ਦੀ ਧਮਕੀ ਦਿੱਤੀ ਸੀ ਹਾਂਜੀ ਹਾਂਜੀ ਬਸ ਇਸੇ ਦਿਨ ਹੋਈ ਇਸ ਸਾਰੀ ਗੇਮ ਦੀ ਸ਼ੁਰੂਆਤ ਅਤੇ ਜੱਗੀ ਨੂੰ ਰੰਗੇ ਹੱਥੀ ਫੜਾਉਣ ਦੀ ਸਕੀਮ ਚਲੋ ਫਿਰ ਸ਼ੁਰੂ ਕਰਦੇ ਹਾਂ ਕਿ ਇਹ ਸਭ ਕਿਸਨੇ ਅਤੇ ਕਿਵੇਂ ਕੀਤਾ ਜਦੋਂ ਮਾਮਾ ਅਤੇ ਮਾਮੀ ਨੇ ਆ ਕੇ ਸੁਨੇਹਾ ਦਿੱਤਾ ਕਿ ਉਹਨਾਂ ਨੇ ਰਿਸ਼ਤਾ ਤੋੜਨ ਤੋਂ ਸਾਫ਼ ਮਨ੍ਹਾ ਕਰ ਦਿੱਤਾ ਅਤੇ ਨਾ ਹੀ ਕੋਈ ਸਮਾਨ ਵਾਪਸ ਦਿੱਤਾ ਸਗੋਂ ਧਮਕੀਆਂ ਦਿੱਤੀਆਂ ਹਨ ਕਿ ਸੁਖਮਨੀ ਹੁਣ ਜੱਗੀ ਦੀ ਮੰਗ ਹੈ ਅਤੇ ਉਹ ਉਹਨੂੰ ਕਿਸੇ ਵੀ ਹਾਲਤ 'ਚ ਵਿਆਹ ਕੇ ਲੈ ਕੇ ਜਾਣਗੇ ਚਾਹੇ ਪਿਆਰ ਨਾਲ ਚਾਹੇ ਧੱਕੇ ਨਾਲ ਰਫਲਾਂ ਦੀ ਨੋਕ 'ਤੇ ਇਹ ਗੱਲਾਂ ਸੁਣ ਕੇ ਸਾਰੇ ਟੱਬਰ ਦੀ ਚਿੰਤਾ ਹੋਰ ਵੀ ਜ਼ਿਆਦਾ ਵੱਧ ਗਈ ਉਹਨਾਂ ਦੇ ਚਿਹਰਿਆਂ ਦੇ ਰੰਗ ਉੱਡ ਗਏ ਉਹਨਾਂ ਨੂੰ ਕੋਈ ਤਰੀਕਾ ਨਜ਼ਰ ਨਹੀਂ ਆ ਰਿਹਾ ਸੀ
जग्गी नाम दी इस बला तो बचन दा सारे जाने अपने अपने दिमाग नाल वक्खो वक्ख स्कीम दे रहे सन, जिन्ना चो एक स्कीम सुखमनी दे मामे विंदर अते निक्के ने दित्ती सी। स्कीम सी के सुखमनी नू कुछ महीनिया लई किते दूर शहर च भेज दिता जावे, जिथे ओह सुरक्षित रहे अपनी प्रैक्टिस कर सके। यह गल पहला तो अद्धे को परिवार को चंगी नहीं लगी, पर निक्के दे समझाते तकरीबन सारा परिवार ही इस गल लई सहमत हो गया। सुखमनी नू इस बारे पूछया गया, गल ओनू भी वधिया लगी, पर ठीक है मामा जी तुहाडी गल सही है, इदां करके मैं सुरक्षित रहूं, पर उस बंदे दा की भरोसा, जे मैं उन्हूं इत्थे ना मिली तो वह डैडी जोरे जां किसे होर परिवारिक मैंबर नूं नुकसान पहुंचावे, फिर भी तो नुकसान अपना ही होऊ, फिर की फायदा मैनू बचा के किसे होर नूं बली चढ़ा देना। मैनू तो यह गल बहुत ही फायदे वाली नहीं लगती, सुखमनी ने जवाब दिता। पर फिर होर हल भी की है धीए, तेनू उस घटिया बंदे नाल तोड़ दईए जां फिर इत्थे जलूस निकलन दईए, होर कोई हल भी तो नज़र नहीं आ रहा, हुण करिए तो करिए की, अर्जन सिंह ने जवाब दिता। नहीं बापू जी, जे मैं उहदे नाल विआह करा के जाना हुंदा फिर तुहानू इह गल दस के टेंशन थोड़ा दिंदी, चुप चाप तुर जांदी उहदे नाल, पर विआह नहीं, उहनू तां सज़ा दवाउणी है उहदे कीते गुनाहां दी, तां कि अगे तो किसी की जिंदगी खराब करन जोगे ना रहन। सुखमनी गुस्से च बोली, पर किवें भैणे आपां इह सब करांगे किवें, ਉਹ ਜੱਗੀ ਤਾਂ ਬੇਸ਼ਰਮ ਬੰਦਾ, ਉਹੋ ਜੇ ਬੇਜਤੇ ਬੰਦੇ ਨਾਲ ਆਪਣਾ ਕੀ ਮੁਕਾਬਲਾ। ਸੁਖਮਨੀ ਦੇ ਮਾਮੇ ਦਾ ਮੁੰਡਾ ਸ਼ਨੀ ਬੋਲਿਆ, ਉਹ ਮੇਰੇ ਤੇ ਛੱਡ ਦਿਓ, ਮੈਂ ਇੱਕ ਸਕੀਮ ਬਣਾਈ ਆ, ਜੱਗੀ ਨੂੰ ਰੰਗੇ ਹੱਥੀ ਫੜਾਉਣਾ ਪੈਣਾ, ਫੇਰ ਹੀ ਉਹਨੂੰ ਸਜ਼ਾ ਮਿਲ ਸਕਦੀ ਹੈ, ਆਪਣਾ ਖਹਿੜਾ ਵੀ ਛੁੱਟ ਜਾਣਾ ਉਹਦੇ ਤੋਂ, ਪਰ ਉਹਦੇ ਲਈ ਤੁਹਾਨੂੰ ਸਭ ਨੂੰ ਮੇਰਾ ਸਾਥ ਦੇਣਾ ਪੈਣਾ। ਸੁਖਮਨੀ ਸਭ ਦੇ ਚਿਹਰੇ ਪੜਨ ਦੀ ਕੋਸ਼ਿਸ਼ ਕਰਦੀ ਹੋਈ ਬੋਲੀ, ਇਹ ਵੀ ਕੋਈ ਪੁੱਛਣ ਦੀ ਗੱਲ ਹੈ, ਅਸੀਂ ਗਲਤੀ ਕੀਤੀ ਹੈ ਬੇਟੇ, ਅਸੀਂ ਤੇਰਾ ਸਾਥ ਨਹੀਂ ਦੇਵਾਂਗੇ ਤਾਂ ਹੋਰ ਕੌਣ ਦੇਊ, ਅਸੀਂ ਬੇਝਿਜਕ ਤੇਰੇ ਨਾਲ ਹਾਂ, ਸਾਨੂੰ ਜੋ ਮਰਜ਼ੀ ਕਰਨਾ ਪਵੇ ਅਸੀਂ ਕਰਾਂਗੇ, ਪਰ ਉਸ ਘਰੇ ਨਹੀਂ ਤੈਨੂੰ ਤੋਰ ਸਕਦੇ। ਜੀਤ ਸੁਖਮਨੀ ਦੇ ਮੋਢੇ 'ਤੇ ਹੱਥ ਧਰ ਕੇ ਬੋਲਿਆ, ਤਾਂ ਬਾਕੀ ਸਭ ਨੇ ਵੀ ਦਿਲੋਂ ਉਹਦਾ ਸਾਥ ਦੇਣ ਲਈ ਸਹਿਮਤੀ ਜਤਾਈ। ਤੁਸੀਂ ਤਾਂ ਮੇਰੇ ਨਾਲ ਹੋ, ਮੇਰਾ ਸਾਥ ਦਿਓਗੇ ਮੈਨੂੰ ਪਤਾ, ਪਰ ਤੁਹਾਡੇ ਸਭ ਨਾਲੋਂ ਇਸ ਕੰਮ ਨੂੰ ਸਿਰੇ ਚੜ੍ਹਾਉਣ ਲਈ ਸਾਨੂੰ ਮਾਮੀ ਦੀ ਲੋੜ ਹੈ, ਜੇ ਉਹ ਸਹੀ ਤਰੀਕੇ ਨਾਲ ਸਾਡਾ ਸਾਥ ਦੇਣ ਤਾਂ ਅਸੀਂ ਇਹ ਸਕੀਮ ਨਪੇਰੇ ਚੜ੍ਹਾ ਸਕਦੇ ਹਾਂ, ਕਿਉਂਕਿ ਸਾਰਾ ਰੋਲ ਮਾਮੀ ਦਾ ਏ, ਸਾਰੀ ਗੇਮ ਇਹਨਾਂ ਦੇ ਹੱਥ ਆ, ਜਿਵੇਂ ਦੇ ਪਾਸੇ ਸੁੱਟਣਗੇ ਉਹ ਜਿਹਾ ਰਿਜ਼ਲਟ ਮਿਲ ਜਾਊ। ਸੁਖਮਨੀ ਨੇ ਮਾਮੀ ਨੂੰ ਸੰਬੋਧਿਤ ਹੋ ਕੇ ਕਿਹਾ, ਮੈਂ ਮੇਰੇ ਸਿਰ 'ਤੇ ਆ, ਪਰ ਮੈਂ ਕੀ ਕਰ ਸਕਦੀ ਹਾਂ, ਉਹ ਮੈਨੂੰ ਗੋਲੀ ਮਾਰ ਦੂ, ਕੱਲ੍ਹ ਵੀ ਧਮਕੀਆਂ ਦਿੰਦਾ ਸੀ, ਮਾਰ ਕੇ ਤੂੜੀ ਵਾਲੀ ਸਵਾਤ 'ਚ ਦੱਬ ਦਿਓ, ਮਾਮੀ ਬੋਲੀ। ਅੱਛਾ, ਫਿਰ ਇਹ ਸਾਰਾ ਕੁਛ ਹੋਇਆ ਵੀ ਤੇਰੇ ਪੈਰੋਂ ਹੀ ਮਾਮੀ, ਇੰਨਾ ਕੁਝ ਕੀਤੇ ਤਾਂ ਹੁਣ ਠੀਕ ਕਰਨ 'ਚ ਮਦਦ ਵੀ ਕਰਨੀ ਪਊ, ਨਹੀਂ ਤਾਂ ਫਿਰ ਜੇਲ੍ਹ ਦੀਆਂ ਰੋਟੀਆਂ ਤੋੜਨੀਆਂ, ਤਿਆਰ ਹੋ ਜਾ, ਅਸੀਂ ਤਾਂ ਰਿਪੋਰਟ ਕਰਕੇ ਉਮਰ ਭਰ ਤੈਨੂੰ ਜੇਲ੍ਹ 'ਚ ਬਿਠਾਵਾਂਗੇ, ਨਿੱਕੇ ਨੇ ਗੁੱਸੇ 'ਚ ਧਮਕੀ ਦਿੱਤੀ। ਨਹੀਂ ਮਾਮਾ ਜੀ, ਨਹੀਂ, ਡਰਾ ਕੇ ਨਹੀਂ, ਸਮਝਾ ਕੇ ਮਦਦ ਲੈਣੀ ਹੈ ਆਪਾਂ, ਜੇ ਆਪਾਂ ਵੀ ਇਹਨਾਂ ਵਰਗੇ ਹੋ ਗਏ ਫਿਰ ਆਪਣੇ ਅਤੇ ਇਹਨਾਂ ਵਿੱਚ ਕੀ ਫਰਕ ਹੋਇਆ, ਸੁਖਮਨੀ ਬੋਲੀ। ਪਰ ਪੁੱਤਰ ਇਹਨੇ ਆਏ ਨਹੀਂ ਮੰਨਣਾ, ਇਹ ਬੜੀ ਟੇਢੀ ਤੀਵੀਂ ਹੈ, ਇਹਨੂੰ ਮੈਂ ਜਾਣਦਾ ਚੰਗੀ ਤਰ੍ਹਾਂ, ਇਹ ਆਈ ਲੋਟ ਆਊ, ਹੁਣ ਦੋਨੋਂ ਪਾਸੇ ਖਾਈ ਹੈ, ਜੇ ਇਹ ਹੁਣ ਵੀ ਸੱਚ ਦਾ ਸਾਥ ਦੇਵੇ ਚੰਗੀ ਰਹੂ, ਨਹੀਂ ਤਾਂ ਫਿਰ ਬੈਠੀ ਰਹੀ ਜੇਲ੍ਹ 'ਚ, ਮਾਮਾ ਕਰਤਾਰ ਸਿੰਘ ਬੋਲਿਆ। ਮਾਮੀ ਜੀ ਮੇਰੀ ਗੱਲ ਸੁਣੋ, ਜੇ ਤੁਸੀਂ ਜੱਗੀ ਦਾ ਸਾਥ ਦਿੰਦੇ ਹੋ ਤੁਹਾਨੂੰ ਕੁਝ ਨਹੀਂ ਮਿਲਣਾ, ਸਗੋਂ ਹੋ ਸਕਦਾ ਆਪਣਾ ਕੰਮ ਕੱਢ ਕੇ ਉਹ ਤੁਹਾਨੂੰ ਨੁਕਸਾਨ ਪਹੁੰਚਾਵੇ, ਪਰ ਜੇ ਮੈਂ ਤੁਹਾਡਾ ਸਾਥ ਦਿਉਂ ਉਹ ਮੈਨੂੰ ਗੋਲੀ ਮਾਰ ਕੇ ਮਾਰ ਦੂ, ਇਸ ਤੋਂ ਚੰਗਾ ਮੈਂ ਜੇਲ੍ਹ 'ਚ ਹੀ ਬੈਠੀ ਰਹਾਂ, ਮਾਮੀ ਨੇ ਸੁਖਮਨੀ ਨੂੰ ਵਿੱਚੋਂ ਹੀ ਟੋਕਿਆ। ਐਂ ਕਿਵੇਂ ਮਾਰ ਦਿਓ ਉਹ ਤੁਹਾਨੂੰ, ਮਾਰੂ ਤਾਂ ਜੇ ਉਹਨੂੰ ਪਤਾ ਲੱਗੂ ਕਿ ਤੁਸੀਂ ਸਾਡਾ ਸਾਥ ਦੇ ਰਹੇ ਹੋ, ਆਪਾਂ ਸਕੀਮ ਹੀ ਇਹੋ ਜਿਹੀ ਬਣਾਈ ਹੈ ਕਿ ਤੁਹਾਨੂੰ ਇਹੀ ਲੱਗੂ ਤੁਸੀਂ ਉਹਨਾਂ ਦੇ ਹੀ ਨਾਲ ਹੋ ਅਤੇ ਉਹਨਾਂ ਦਾ ਸਾਥ ਦੇ ਰਹੇ ਹੋ, ਪਹਿਲਾਂ ਪੂਰੀ ਗੱਲ ਤਾਂ ਸੁਣੋ
फिर फैसला करियो कि तुसी साडा साथ देना जा नहीं। सुखमनी ने समझाया, अच्छा पता किवें ना लगू, ओह बहुत चलाक बंदा है, उन्हें घाट घाट का पानी पीता, जद मैं तुहाडा साथ देऊं पता तो उन्हू लग ही जाऊ। मामी असलों कल वाली गल करके जग्गी तो डरी हुई सी, नहीं पता लगता उन्हू कुछ भी, तुसी बस सारा काम चलाकी नाल करना, उवें ही जिवें मेरा रिश्ता कराने वेले कीता सी, सानू केड़ा तुसी कुछ पता लगन दिता सी, उवें ही उन्हू ना लगन दिओ। सुखमनी बोली, पर करना की है ये तो दसो, फिर ही पता लगू कि मैं ये काम करन जोगी हैगी हाँ कि नहीं। मामी बोली, मामी जी तुसी कर सकते हो, बल्कि यह काम सिर्फ तुसी ही कर सकते हो, तुहाडा इस काम नू करन च फायदा भी आ, क्योंकि यह काम करके जग्गी नू आपां रंगे हथी फड़ा सकते हैं। एक बार वह पुलिस दे हाथ रंगे हथी जुर्म करदा लग गया, वह उम्र भर लई जेल चाऊ, इन्ने केस चलते आ उहदे ते, फिर तुहाडा भी खेड़ा छुट जाऊ ते साडा भी। सुखमनी ने मामी नू समझाउण दी कोशिश कीती, समझ नहीं लग रही पुत, ये सब होऊ किवें, की करांगे इहो जिहा, आए किवें उह फड़िया जाऊ। रंगे हथी ओ की आपां नू पुछ के गुनाह करू जिहड़ा आपां उहनू फड़न चले जावांगे, अर्जन सिंह ने पुछिया, आपां नू पुछ के नहीं अपने फसाए जाल च फस के जाऊ, उहनू आपां लै के जावांगे, आपां इहो जी गेम खेडांगे कि उह मजबूर हो जू गुनाह करन लई, फिर उहनू पुलिस तों रंगे हथ फड़ावांगे। सुखमनी बोली, पर किवें किवें, ਇਹ ਹੋਊ ਕਿਵੇਂ? ਸਾਰੇ ਹੈਰਾਨੀ ਅਤੇ ਉਤਸੁਕਤਾ ਨਾਲ ਇਕੱਠੇ ਹੀ ਬੋਲੇ, ਦੱਸਦੀ ਹਾਂ ਦੱਸਦੀ ਹਾਂ, ਹੁਣ ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਹਾਂ, ਧਿਆਨ ਨਾਲ ਗੱਲ ਨੂੰ ਸੁਣਿਓ ਅਤੇ ਸਮਝ ਲਿਓ, ਆਪਾਂ ਕਰਨਾ ਕੀ ਹੈ, ਕਿੱਥੇ ਕਿਵੇਂ ਅਤੇ ਕਦੋਂ ਕਰਨਾ ਹੈ। ਸੁਖਮਨੀ ਬੋਲੀ, ਸਾਰੇ ਬੜੇ ਧਿਆਨ ਨਾਲ ਸੁਖਮਨੀ ਦੀ ਗੱਲ ਨੂੰ ਸੁਣਨ ਲੱਗੇ, ਸਭ ਤੋਂ ਜ਼ਿਆਦਾ ਸੀਰੀਅਸ ਹੋ ਕੇ ਮਾਮੀ ਸੁਣ ਰਹੀ ਸੀ ਅਤੇ ਉਹਨੂੰ ਲੋੜ ਵੀ ਸੀ ਪੂਰੀ ਕਹਾਣੀ ਸਮਝਣ ਦੀ, ਕਿਉਂਕਿ ਇਹ ਸਾਰੀ ਗੇਮ ਦੀ ਮੁੱਖ ਪਾਤਰ ਉਸੇ ਨੇ ਬਣਨਾ ਸੀ। ਸੁਖਮਨੀ ਨੇ ਗੱਲ ਸ਼ੁਰੂ ਕੀਤੀ, ਸਾਰੀ ਗੱਲ ਨੂੰ ਧਿਆਨ ਨਾਲ ਸੁਣ ਕੇ ਸਮਝਣਾ ਬਹੁਤ ਜ਼ਰੂਰੀ ਸੀ, ਇਸੇ ਲਈ ਸਭ ਗੌਰ ਨਾਲ ਗੱਲ ਨੂੰ ਸੁਣ ਰਹੇ ਸਨ। ਦੇਖੋ ਸਕੀਮ ਇਹ ਆ ਕਿ ਆਪਾਂ ਜੱਗੀ ਨੂੰ ਝੂਠ ਬੋਲਾਂਗੇ, ਸਾਰਾ ਝੂਠ ਨਹੀਂ ਅੱਧਾ, ਮਤਲਬ ਮੈਂ ਹੋਸਟਲ ਜਾਣਾ ਹੈ, ਇਸ ਸ਼ਹਿਰ ਤੋਂ ਬਾਹਰ ਜਾਣਾ ਹੈ, ਇਹ ਸੱਚ ਹੈ, ਪਰ ਕਿੱਥੇ ਜਾਣਾ ਹੈ ਇਹ ਆਪਾਂ ਸਹੀ ਨਹੀਂ ਦੱਸਾਂਗੇ, ਮੈਂ ਜਾਣਾ ਆਪਣੇ ਹੀ ਸ਼ਹਿਰ ਹੈ, ਪਰ ਆਪਾਂ ਜੱਗੀ ਨੂੰ ਕਿਸੇ ਹੋਰ ਸ਼ਹਿਰ ਦਾ ਕੋਈ ਹੋਸਟਲ ਦੱਸਾਂਗੇ। ਸੁਖਮਨੀ ਨੇ ਗੱਲ ਸ਼ੁਰੂ ਕੀਤੀ, ਉਹਦੇ ਨਾਲ ਕੀ ਹੋਊ, ਮਤਲਬ ਸਮਝ ਨਹੀਂ ਆਈ, ਫਿਰ ਜੋਰਾ ਉਤਸੁਕਤਾ ਨਾਲ ਬੋਲਿਆ, ਸਮਝਾਉਂਦੀ ਹਾਂ, ਮਾਮੀ ਦੇ ਕਹਿਣ ਮੁਤਾਬਿਕ ਜੱਗੀ ਮੈਨੂੰ ਧੱਕੇ ਨਾਲ ਲੈ ਕੇ ਜਾਣ ਦੀ ਗੱਲ ਕਰਦਾ, ਫਿਰ ਜਿੱਥੇ ਮੈਂ ਹੋਊਂ ਉਹ ਮੈਨੂੰ ਲੈਣ ਉੱਥੇ ਹੀ ਆਊ ਨਾ, ਮਤਲਬ ਜਿਹੜਾ ਵੀ ਹੋਸਟਲ ਆਪਾਂ ਉਹਨੂੰ ਦੱਸਾਂਗੇ ਉਹ ਉੱਥੇ ਅਟੈਕ ਕਰਕੇ ਮੈਨੂੰ ਲੈਣ ਆਊਗਾ, ਜਦੋਂ ਉੱਥੇ ਆਊ ਉਦੋਂ ਆਪਾਂ ਪੁਲਿਸ ਨੂੰ ਪਹਿਲਾਂ ਹੀ ਉੱਥੇ ਬੁਲਾ ਕੇ ਰੱਖਾਂਗੇ, ਜਦ ਉਹ ਅਟੈਕ ਕਰੂਗਾ ਪੁਲਿਸ ਨੇ ਖੁਦ ਉਹਨੂੰ ਰੰਗੇ ਹੱਥੀ ਫੜ ਲੈਣਾ। ਸੁਖਮਨੀ ਨੇ ਸਮਝਾਇਆ, ਪਰ ਇਹ ਸਭ ਹੋਊ ਕਿੱਦਾਂ, ਤੂੰ ਕਿਹੜੇ ਹੋਸਟਲ 'ਚ ਹੈ ਕਿਹੜੇ 'ਚ ਨਹੀਂ, ਇਹ ਗੱਲ ਜੱਗੀ ਨੂੰ ਕੌਣ ਦੱਸੂ, ਜੇ ਦੱਸੂ ਵੀ ਉਹ ਆਪਣਾ ਯਕੀਨ ਕਿਉਂ ਕਰੂ, ਜੀਤ ਨੇ ਪੁੱਛਿਆ। ਇਸੇ ਲਈ ਤਾਂ ਕਹਿ ਰਹੀ ਹਾਂ, ਮਾਮੀ ਦੇ ਸਿਰ 'ਤੇ ਆ ਸਾਰੀ ਗੇਮ, ਮਾਮੀ ਹੀ ਇਹ ਕੰਮ ਕਰ ਸਕਦੀ ਹੈ। ਸੁਖਮਨੀ ਮਾਮੀ ਵੱਲ ਦੇਖ ਕੇ ਬੋਲੀ, ਪਰ ਮੈਂ ਕਿਵੇਂ, ਉਹ ਮੇਰੀ ਗੱਲ ਜੇ ਨਾ ਮੰਨਿਆ, ਮਾਮੀ ਘਬਰਾ ਕੇ ਬੋਲੀ, ਮੰਨੂ ਕਿਵੇਂ ਨਾ ਮਾਮੀ, ਤੁਸੀਂ ਉਹਨੂੰ ਯਕੀਨ ਦਿਵਾਉਣਾ ਕਿ ਉਹ ਤੁਸੀਂ ਉਹਦੇ ਨਾਲ ਹੋ, ਉਹਨੂੰ ਕਿਹੋ ਅਸੀਂ ਇਹ ਸਾਰਿਆਂ ਨੇ ਤੁਹਾਡੀ ਬਹੁਤ ਬੇਇੱਜ਼ਤੀ ਕੀਤੀ ਅਤੇ ਤੁਹਾਨੂੰ ਘਰੋਂ ਵੀ ਕੱਢਤਾ, ਇਸੇ ਲਈ ਤੁਸੀਂ ਹੁਣ ਜੱਗੀ ਵੱਲੋਂ ਉਹਦਾ ਸਾਥ ਦਿਓਗੇ, ਯਕੀਨ ਦਿਵਾਉਣਾ ਪਊ ਤੁਹਾਨੂੰ ਕਿ ਤੁਸੀਂ ਸ਼ਾਪ ਦੇ ਲਾਲਚ ਉਹਦਾ ਸਾਥ ਦੇ ਰਹੇ ਹੋ, ਇਹੋ ਕਿਹੋ ਉਹਨੂੰ ਪੱਕਾ ਤੁਸੀਂ ਉਹਨੂੰ ਆਪਣੇ ਜਾਲ 'ਚ ਫਸਾ ਲਓਗੇ। ਸੁਖਮਨੀ ਨੇ ਕਿਹਾ, ਆਹੋ ਜਿਵੇਂ ਸਾਨੂੰ ਫਸਾ ਲਿਆ ਸੀ, ਬਾਕੀ ਵੈਸੇ ਵੀ ਤੁਸੀਂ ਉਹਦੇ ਵੱਲ ਹੀ ਸੀ, ਤਾਂ ਹੀ ਐਡੇ ਐਡੇ ਗੱਪ ਮਾਰ ਕੇ ਸਾਨੂੰ ਉਹਨਾਂ ਦੇ ਫਸਾਇਆ ਕੰਜਰਾਂ ਦੇ। ਅਰਜਨ ਸਿਉਂ ਨੇ ਮਾਮੀ ਨੂੰ ਨਫ਼ਰਤ ਭਰੇ ਲਹਿਜੇ 'ਚ ਕਿਹਾ, ਫਿਰ ਮੰਨ ਲਓ ਮਾਮੀ, ਉਹਨੂੰ ਯਕੀਨ ਦਵਾ ਦਿਓ ਅਤੇ ਆਪਣੇ ਜਾਲ 'ਚ ਫਸਾ ਕੇ ਹੋਸਟਲ ਭੇਜ ਵੀ ਦਿਓ, ਫਿਰ ਅੱਗੇ ਕੀ ਹੋਊ,
जेड़े भी होस्टल आपां उन्हूं भेजांगे उत्थे होर कुड़ियां भी तां होणगियां। जे जग्गी ने उन्हां नूं कोई नुकसान पहुंचाया फिर सारे कुछ दे जिम्मेवार आपां भी तां होवांगे। आपां इस सारी घटना च फस सकदे हां। इह काम बड़ा रिस्की है, निक्के ने तर्क नाल कहा। गल तां सही है निक्के तेरी, इह तां रिस्की काम है, फायदे नालों नुकसान ज्यादा हो सकता। जीत ने निक्के दी गल नूं सहमति दित्ती। ओहो ओ भी सब मैं सोच ही रखिया हो ना, एवें तुसी टेंशन लई जाने हो, सुखमनी बोली। की सोचिया? कुछ सोचिया भी आ तां भी खतरा, तेरे होस्टल जाण नाल कुछ भी हो सकता। जे सारा कुछ साडी स्कीम मुताबक ना होया, जग्गी तैनू ले जाण च सफल हो गया, फिर की करांगे? नहीं नहीं, इन्ना वड्डा रिस्क नहीं लै सकते, विंदर बोलिया। मामा जी पूरी गल तां सुन लो, उत्थे होस्टल दी कोई कुड़ी नहीं होवेगी। हुण छुट्टियां चल रही हैं एक हफ्ते दियां। मैं बड़ी मुश्किल नाल कॉलेज दे ट्रस्टी अते पुलिस मुलाजमां नूं इस काम नूं अंजाम देण लई मनाया। पुलिस भी साडा साथ देण नूं तैयार आ, क्योंकि ओह खुद जग्गी नूं रंगे हत्थी फड़ना चाहुंदे आ। सुखमनी ने सारिआं नूं समझाउण दी कोशिश कीती। मतलब कुड़ियां उत्थे नहीं होणगीआं, फिर होर कौण होऊ? तूं कल्ली उत्थे जावेंगी? नहीं नहीं, असीं नहीं जाण देणा, जोरा बोलिआ। ओ नहीं भोदू राम, मैं कल्ली नहीं, लेडीज पुलिस होएगी, ओह भी सिविल ड्रैस च स्टूडेंट बन के। ओह सारे उत्थे सिविल च ही आउणगे, वरना जग्गी पुलिस नूं देख के होस्टल च थोड़ा वड़ेगा, सुखमनी मत्थे ते हाथ मार के बोली। अच्छा हुण थोड़ी समझ आ गई, किद्दां जग्गी नूं फसाउणा इस चक्करव्यूह च। लेडीज पुलिस ही कुड़ियां बन के होस्टल च तेरी सेफ्टी दा ख्याल रखणगियां, अते पुलिस वाले सिविल वर्दी च जग्गी नूं रंगे हत्थी फड़नगे। शनी ने गल दोहराई। हाँ शुक्र आ, मेरी गल किसे दे तां पल्ले पई, कि मैं असल च कहना की चाहुंनी आ। यही एक तरीका जग्गी तो पिछा छड़ाउण दा, क्योंकि एक बार जे ओह रंगे हत्थी फड़िया गया सारी उम्र लई जेल चो बाहर नहीं आउंदा, क्योंकि ओहदे ते केस ही इन्ने चल रहे आ, सुखमनी ने कहा। ठीक आ आ गई गल हुण समझ च, जीत बोलिया। शुक्र है परमात्मा दा, सारिआं नूं मेरी गल समझ आ गई। हुण मैं मामी नूं समझा दिआं कि उहने असल च जग्गी नूं कहना की आ जाके। कह के सुखमनी मामी कोल हो के बैठ गई। मामी तुसी मेरी गल सुनो ध्यान नाल, तुसी हुण अज जाके जग्गी नूं यकीन दवाउणा कि तुसी उहदे वल लो, फिर तुसी उहनां मां पुत्तां दे कन्नों का गल कढ़णी है कि मेरे मम्मी डैडी जग्गी तों मेरा खेड़ा छुड़ाउण लई मैनूं दूर शहर च किसी होस्टल भेज रहे आ, क्योंकि उहनां दी सोच है कि जदों सुखमनी घरे ना होई तां कुछ दिन धक्के खा के जग्गी आपे ही टिक जाऊ। उस तों बाद तुहानूं कुछ भी दसण दी लोड़ नहीं, ओह खुद तुहानूं सारा कुछ पुछणगे। सुखमनी ने मामी नूं समझाया। की पुछणगे? जे पुछणगे तां मैं की दसां फिर? मामी ने दिलचस्पी लैंदे होए पुछिया। यही पुछणगे कि मेरे मम्मी डैडी मैनूं किहड़े शहर किहड़े होस्टल अते कदों भेज रहे आ। तुसी उहनां नूं कहणा कि इह गल तुहानूं अजे अद्धी पता, पूरी पता करके तुसी उहनां नूं कल दसोगे। नाल ही बहाने नाल तुसी सारा समान मंग लैणा, सुखमनी ने कहा। पर ओह समान देणगे मैनूं नहीं लगदा, क्योंकि ओह भुखे मरदे आ, जग्गी दा तां इह नहीं पता, छाप जी वेच के खा गया होवे। मामी बुल जे मरोड़ के बोली। देणगे? जे नहीं देणगे तुसी कहो कि जे सुखमनी दा भेत लैणा तां इह समान मोड़ के मैनूं उहनां दा यकीन जितना पऊ, सुखमनी ने समझाया। हाँ इह गल ठीक है, इदां लोट आजू। मामी दे दिल नूं गल जच गई। ठीक आ, कर दूं इह काम मैं। मामी हुण तैयार सी इस गेम दा हिस्सा बणन नूं। बस फिर अज तुसी समान वापस लिओ, कल नूं उहनां नूं मेरे बारे जानकारी दिओ, परसों नूं तुसी जग्गी नूं उस होस्टल च लै के आउणा है। सुखमनी ने सारी गल मामी नूं समझाई। लै के भी आउणा है? मैं
आ ता ओहो आपे जानगे मैं नाल की करना होर किते ओनू कोई शक हो गया ता मैनू राह च ही मार दू ओहो मामी नाल आउण तो डरदी बोली कोई शक नहीं हुंदा ओनू शक दी कोई गुंजाइश असी छड़ांगे ही नहीं सब कुछ प्री प्लान है ओनू डरन दी लोड़ नहीं तुसी जग्गी नू कालेज दे गेट तक लिया के सिक्योरिटी गार्ड नाल ओदे सामने गल करनी है नाटक करना है कि तुसी सिक्योरिटी गार्ड नू पैसे दे के ओनू मना लिया है कि ओह जग्गी वर्गियां नू अंदर जान देवे अते मेरा रूम नंबर भी दसना इस तो बाद तुसी अंदर नहीं जाना पुलिस दे कुछ बंदे तुहानू मिल जाणगे तुसी ओना कोल सेफ रहोगे सुखमणी ने समझाया ठीक है पुत जे मैं गलती कीती है ओनू सुधारूंगी भी मैं जानी है जग्गी दे घर पूरी कोशिश करदी हाँ कि ओह मेरी गल मन लवे अते परसों तेनू लैन लई होस्टल जरूर आवे मैनू पता ओह यह काम जरूर करूगा बड़ा काला ओह तेरे नाल धक्के नाल व्याह कराउण नू मामी ओहनां नू काम पक्का कर देण दा विश्वास दवा के जग्गी के घर वल नू चली गई चलो हुण सारा कुछ स्कीम मुताबिक है बाकी हुण मामी दसू जग्गी की कहिंदा उसे मुताबिक अगे सोचांगे जीत बोलिया नहीं सारा कुछ अजे तुसी नहीं सुनिया मामी नू जो मैं दसिया ओदे च अद्धा सच है पर स्कीम कुछ होर है जो मामी नू नहीं सिर्फ आपां नू पता हो सुखमणी बोली की मतलब मतलब मामी नू झूठ सारे एकदम बोले झूठ नहीं अद्धा सच मामी नू मैं अद्धा सच दसिया सुखमणी बोली सुखमणी दे मूहों अद्धे सच दी गल सुन के सारे हैरान सन ओना नू समझ नहीं आ रहा सी के ओदी असल गेम की है सुखमणी सारा कुछ बड़ी हुशियारी नाल प्लान कर रही सी सारे उत्सुक सी कि अग्गे करना की आ ओह सारे पूरी प्लानिंग नू जानन लई सुखमणी दे मूँह वल देख रहे सन मैनू पता तुसी सारे जानना चाहुंदे हो कि मैं मामी तो केड़ी गल लुकोई है अते आपां असल च करना की है सुखमणी ने गल तोरी हाँ सुखमणी असी सारे सोच रहे हैं कि असल च करना की है हुण सारी गल तां ठीक लगी फिर बदलना की है निक्के ने पुछया कुछ ज़्यादा नहीं मामा जी असी विचोलन नू जो होस्टल दस्या मेरे होस्टल जान दी जो गल करी है ओ सही नहीं है सुखमणी बोली मतलब ओनू जो होस्टल दस्या तू उत्थे नहीं जाना ओनू भी जग्गी वांगू गलत नाम दस्या है होस्टल अते शहर दा जां फिर कोई होर चक्कर है विंदर ने अगला सवाल किया नहीं नाम गलत नहीं दस्या नाम दा चक्कर नहीं असल च मैं किसे होस्टल च नहीं जा रही ये सब मैं मामी नू ओंजी कहा जिथे आपां जग्गी नू फसाउणा ओह होस्टल विच भी मैं नहीं मेरे वर्गी लुक दी पुलिस वाली कुड़ी होवेगी सुखमणी ने असल गल दसी तू फिर किथे होएंगी भैणे असी सारे तां उत्थे जावांगे जिथे जग्गी आऊ पर रब ना करे जे ओ ना फड़िया गया भज गया जां कुछ भी साडे प्लान दे उल्ट हो गया तां ओह गुस्से च तैनूं होर भी ज़्यादा नुकसान पहुँचाउण दी कोशिश करूँ जोरे ने फिकर करदे होए कहा इस लई तां मैं किसे होस्टल च नहीं जा रही मैं घर ही रहांगी क्योंकि जग्गी इस बारे सोच भी नहीं सकदा कि जग्गी की मामी भी इस चीज बारे नहीं सोच सकती कि इन्ना कुछ हो जान तो बाद मैं घर हो सकती हाँ मैं तो वैसे भी इन्नी जल्दी मामी ते भरोसा नहीं कर सकती क्योंकि जेड़ा इंसान एक बार धोखा कर जे फिर उस चाहे सोने का बन जे लख ईमानदारी साबित कर दे अपनी पर ओदे ते दोबारा विश्वास करन दी बेवकूफी कोई दिमागों फिरिया इंसान ही कर सकदा सो मैनू मामी ते जरा जिन्ना भी विश्वास नहीं ए सारी गेम एक उम्मीद ते खेडी है हुण मामी देखदे आं की करदी है सुखमणी ने पूरी कहानी दसी अच्छा अच्छा वाह जी वाह बड़ा दिमाग लाया है सुखमणी बेटे कमाल ही कर दित्ती साबित करता अज के साड़ी धी ने वकील दी डिग्री पढ़ लिख के ही लई है अर्जन सिंह बोलिया ए सारी तेरी प्लानिंग है भैने मतलब आ सारा जाल तू विछाया जग्गी लई जां तेरी किसे ने मदद कीती है शनि बोलिया मदद किने करनी सी
कौन करदा किसे दी मदद अज कल। आपे सोचा ये सब मैं जग्गी नू रंगे हथी फड़ाउन लई ते ओदे गुनाहां दी सजा दवाउन लई तां कि ओहो किसे होर कुड़ी दी जिंदगी ना खराब कर सके। सुखमनी गुस्से च बोली, बहुत वधिया पुत, कमाल ही करती, शाबाश। जीत ने सुखमनी दे मोडे नू थापड़दे होए कहा, कमाल दा तां परसों पता लगू होई है कि नहीं। मेरे इस जाल दा परसों पता लगू कि पंछी फसिया जां जाल नाल लैके उड गया। सुखमनी कुछ सोचदे होए बोली, पक्का फसूगा, क्योंकि एक तां उहदा इन्ना दिमाग है नहीं कि ओह ये सारी प्लैनिंग नू समझ सके। दूजा वह तेनू लैके जाण लई बड़ा काला, इसलिए वह गलती जरूर करूगा। शनि बोलिया, उम्मीद तां यही है कि जो कुछ आपां सोचिया उही होवे, पर दुश्मन नू कदे भी कमजोर नहीं समझना चाहिदा, कुछ भी हो सकदा, सब परमात्मा दी मर्जी है। सुखमनी ने कहा, पुत गलत तेरी सही है, पर असी कुछ गलत नहीं कर रहे, साडे नाल जो गलत होया ओही सही करन दी कोशिश कर रहे हैं। तू देख ली, रब भी साडा साथ दऊगा। पम्मी हौसला दिंदे होए बोली, सारे चंगी सोच नाल चंगे नतीजे दा इंतजार कर रहे सन, नाल ही उन्हां नू मामी दी बेसबरी नाल उड़ीक सी कि ओह की सुनेहा लैके आउंदी है। उधर मामी ने भी पुलिस दे डरों जां फिर रब दी किरपा नाल कह लो, पर सारा कुछ उवें ही जग्गी अते उहदी मां नू कहा जिवें सुखमनी ने उन्हूं समझा के तोरिया सी। उन्हें जग्गी नू पूरा यकीन करवा दिता सी कि ओह उन्हां दे नाल है अते समान वापिस लै आई सी। बाकी दी खबर सार अते सुखमनी दा पता ओह उन्हां नू कल तक पता करके दसन दा कह आई सी। कुछ ही घंटियां बाद मामी जग्गी दे घरों वापस मुड़ आई अते सारा समान लिया के पम्मी नू फड़ाउंदे होए दस्या कि उन्हें जग्गी अते शिंदर नू यकीन करवा दिता है कि ओह उन्हां दे नाल है, अते नाल ही यह भी दस्या कि जग्गी सुखमनी नू किसे होस्टल च छड्डन दी गल सुन के बुरी तरह भड़क गया। उन्हें मामी नू जल्दी तो जल्दी सुखमनी दा पता करके दसन नू कहा अते नाल ही यह भी दस्या कि होस्टल दा पता लगदे ही वह अपने दोस्तां नू लैके उन्हूं लैण जरूर आवेगा। मामी ने दस्या कि जग्गी ने तां होस्टल ते हमला करके उन्हूं लै जाण दी तैयारी भी शुरू कर दित्ती है अते ओह घर भी विआह दी तैयारी कर रहे हन, क्योंकि उन्हां दी सोच है कि जिस दिन विआह बन्निया सी उस दिन तक ओह सुखमनी नूं उस घर च लै के ही जाणगे, नहीं तां ओह किते मूँह दिखाउण जोगे नहीं रहणगे। मूँह दिखाउण जोगे ओह है कदों सी, पहला भी घटिया ही सी, अज भी घटिया ते हमेशा घटिया ही रहणगे। मूँह दिखाउण नूं उन्हां दे पल्ले है कि? शनि बोलिया, कोई गल नहीं वीरे, मामी दी गल सुन के तां तसल्ली हो गई कि साडा प्लान साडे सोचे मुताबिक सही रस्ते ते जा रहा। बस कल दा दिन इंतजार करो, परसों नूं ओह बंदा सलाखां दे पिछे होउ। सुखमनी ने जवाब दिता, सही गल है, हुण बस एक वार आ जे, फिर बच के जाण दा कोई तरीका नहीं उहदे कोल। साडी वकील भैण नाल पंगे बड़े महंगे पैणगे, कह के जोरा हस पिया। गल सिर्फ तुहाडी भैण दी नहीं वीरे, किसे भी इंसान नू नहीं भुलना चाहिदा कि गलत करके ओह बच नहीं सकदा। कोई भी मुंडा पता नहीं क्यों भुल जांदा कि कुड़ियां सिर्फ विचारियां नहीं, चंडी अते दुर्गा भी आ। जो टाइम आउण ते वड्डे वड्डे तो वैली नू भी वाणे पा सकदियां। सुखमनी गुस्से च बोली, सही गल आ पुत तेरी, ਇਹ ਗੱਲ ਮਰਦ ਜਾਤ ਨੂੰ ਕਦੇ ਵੀ ਨਹੀਂ ਭੁੱਲਣੀ ਚਾਹੀਦੀ। ਸਮੇਂ ਸਮੇਂ 'ਤੇ ਕੁੜੀਆਂ ਨੇ ਆਪਣੀ ਹਿੰਮਤ ਅਤੇ ਦਲੇਰੀ ਦਾ ਸਬੂਤ ਦਿੱਤਾ, ਪਰ ਪਤਾ ਨਹੀਂ ਕਿਉਂ ਆਦਮੀ ਆਪਣੇ ਆਪ ਨੂੰ ਤਾਕਤਵਰ ਅਤੇ ਕੁੜੀ ਨੂੰ ਹਾਏ ਵਿਚਾਰੀ ਸਮਝਣ ਦੀ ਗਲਤੀ ਕਰ ਲੈਂਦਾ। ਜੀਤ ਬੋਲਿਆ, ਚਲੋ ਛੱਡੋ ਪਰੇ, ਤੁਸੀਂ ਸਾਰੇ ਹੁਣ ਰੈਸਟ ਕਰੋ। ਤੁਹਾਨੂੰ ਮਾਮੀ ਯਾਦ ਹੈ ਨਾ, ਕੱਲ੍ਹ ਉਹਨੂੰ ਜਾ ਕੇ ਕੀ ਕਹਿਣਾ? ਸੁਖਮਨੀ ਨੇ ਪੁੱਛਿਆ। ਹਾਂ ਹਾਂ, ਚੰਗੀ ਤਰ੍ਹਾਂ ਯਾਦ ਹੈ, ਰੱਟਾ ਲਾ ਰੱਖਿਆ ਮੈਂ, ਤੁਸੀਂ ਫਿਕਰ ਨਾ ਕਰੋ। ਪਰਸੋਂ ਨੂੰ ਜੱਗੀ ਮਿੱਥੀ ਜਗ੍ਹਾ 'ਤੇ ਪਹੁੰਚ ਜਾਊ। ਜੱਗੀ ਕੇ ਘਰੋਂ ਆ ਕੇ ਮਾਮੀ ਹੋਰ ਵੀ ਜ਼ਿਆਦਾ ਕੌਨਫੀਡੈਂਸ 'ਚ ਆ ਗਈ ਸੀ। ਮਾਮੀ ਦੀ ਗੱਲ ਸੁਣ ਕੇ ਸੁਖਮਨੀ ਅਤੇ ਬਾਕੀ ਸਭ ਨੂੰ ਤਸੱਲੀ ਹੋ ਗਈ ਸੀ ਅਤੇ ਚਿੰਤਾ ਵੀ ਥੋੜ੍ਹੀ ਘਟੀ ਸੀ। ਉਹ ਸਾਰੇ ਹੁਣ ਆਪੋ ਆਪਣੇ ਕੰਮਾਂ ਵਿੱਚ ਲੱਗ ਗਏ। ਨਿੱਕਾ ਅਤੇ ਵਿੰਦਰ ਪਰਸੋਂ ਨੂੰ ਆਉਣ ਦਾ ਕਹਿ ਕੇ ਪਿੰਡ ਨੂੰ ਚਲੇ ਗਏ।
अर्जन सिंह मीतो अते शनी उत्थे पम्मी कोल ही रह पए सी। पम्मी अते मीतो भी काम दे आरे लग गईयां। अगले दिन मामी सवक्ते ही जग्गी के घर चली गई अते उन्हां नूं सुखमनी बारे सारी खबरसार देन लगी कि जीत अपनी कुड़ी नूं कदों अते किहड़े होस्टल छड्डन जा रहा है। मामी जग्गी दे घर जाण तों पहलां जद जीत के घर आई तां उन्हां सब ने मिथे अनुसार नाटक किया कि जीत अते जोरा तां तारियां दी छावें ही सुखमनी नूं छड्डन चले गए हन। मामी नूं हुण पूरा यकीन सी कि सुखमनी ने उहदे ते विश्वास करके उहनूं जिम्मेवारी सौंपी है, इस लई उहने तनो मनो कोशिश कीती अते जग्गी नूं भोरा भी शक ना होण दित्ता कि इह सब उहनूं फसाउण लई कीता जा रिहा है। मामी ने इन्ने वधिया ढंग नाल नाटक कीता अते सारी गल दसी कि शिंदर अते जग्गी उहदे नाल विच फस गए। जग्गी अते शिंदर नूं मुट्ठी विच करके अते कल नूं सवेरे ही आ के उहनां दे नाल होस्टल तक जाण दा वादा करके मामी जीत दे घर आ गई। पम्मी, शनी, मीतो अते अर्जन सिंह ही उहदे सामने आए अते सुरजीत कौर ने सारी गल उहनां नूं दसी जो भी उहदी जग्गी अते शिंदर नाल होई सी। ਇਹ ਵੀ ਦੱਸਿਆ ਕਿ ਕੱਲ੍ਹ ਨੂੰ ਜੱਗੀ 101% ਹੋਸਟਲ ਸੁਖਮਣੀ ਨੂੰ ਲੈਣ ਅਤੇ ਆਪਣੇ ਦੋਸਤਾਂ ਨਾਲ ਆਊਗਾ। ਮਾਮੀ ਨੇ ਇੱਥੋਂ ਤੱਕ ਦੱਸ ਦਿੱਤਾ ਸੀ ਕਿ ਉਹਨਾਂ ਕੋਲ ਕੀ ਹਥਿਆਰ ਹਨ ਅਤੇ ਉਹ ਕੀ ਕੁਝ ਸੋਚ ਰਹੇ ਹਨ। ਪਲੈਨਿੰਗ ਦੇ ਮੁਤਾਬਿਕ ਅਗਲੇ ਦਿਨ ਮਾਮੀ ਉਹਨਾਂ ਨੂੰ ਲੈ ਕੇ ਦੱਸੇ ਗਏ ਟਿਕਾਣੇ ਉੱਤੇ ਪਹੁੰਚ ਗਈ ਜਿੱਥੇ ਸੁਖਮਣੀ ਨੇ ਪੁਲਿਸ ਦੀ ਮਦਦ ਨਾਲ ਪਹਿਲਾਂ ਹੀ ਜਾਲ ਵਿਛਾ ਰੱਖਿਆ ਸੀ। ਪੁਲਿਸ ਦੇ ਮੁਲਾਜ਼ਮ ਸਿਵਲ ਵਰਦੀ ਵਿੱਚ ਸਨ ਤਾਂ ਕਿ ਕੋਈ ਵੀ ਉਹਨਾਂ ਨੂੰ ਪਹਿਚਾਣ ਨਾ ਸਕੇ। ਹੋਸਟਲ ਅੰਦਰ ਵੀ ਲੇਡੀਜ਼ ਪੁਲਿਸ ਸਿਵਲ ਵਰਦੀ ਵਿੱਚ ਹੋਸਟਲ ਦੇ ਸਟੂਡੈਂਟ ਹੋਣ ਦਾ ਨਾਟਕ ਕਰ ਰਹੀਆਂ ਸਨ। ਸੁਖਮਣੀ ਦੀ ਜਗ੍ਹਾ ਉਹਦੇ ਵਰਗੀ ਹੀ ਕੋਈ ਕੁੜੀ ਸੁਖਮਣੀ ਹੋਣ ਦਾ ਨਾਟਕ ਕਰ ਰਹੀ ਸੀ। ਸਾਰਾ ਕੁਝ ਵੈਲ ਪਲੈਨ ਸੀ। ਮਾਮੀ ਨੇ ਉੱਥੇ ਪਹੁੰਚ ਕੇ ਗਾਰਡ ਨੂੰ ਕੁਛ ਪੈਸੇ ਦੇ ਕੇ ਸੁਖਮਣੀ ਦਾ ਰੂਮ ਪੁੱਛਣ ਦਾ ਨਾਟਕ ਕੀਤਾ ਅਤੇ ਆ ਕੇ ਜੱਗੀ ਨੂੰ ਦੱਸਿਆ ਕਿ ਗਾਰਡ ਨਾਲ ਗੱਲ ਹੋ ਗਈ ਹੈ, ਉਹ ਜੱਗੀ ਅਤੇ ਉਹਦੇ ਦੋਸਤਾਂ ਨੂੰ ਅੰਦਰ ਜਾਣ ਤੋਂ ਨਹੀਂ ਰੋਕੇਗਾ। ਜੱਗੀ ਹੋਣ ਤੱਕ ਮਾਮੀ ਉੱਤੇ ਚੰਗੀ ਤਰ੍ਹਾਂ ਧਰਿਜ ਚੁੱਕਾ ਸੀ, ਇਸ ਲਈ ਉਹ ਬਿਨਾਂ ਕਿਸੇ ਸ਼ੱਕ ਸੁਬਾਹ ਦੇ ਆਪਣੇ ਦੋਸਤਾਂ ਸਮੇਤ ਹੋਸਟਲ ਦੇ ਅੰਦਰ ਚਲਾ ਗਿਆ ਅਤੇ ਸਿੱਧਾ ਉਸ ਰੂਮ ਨੂੰ ਲੱਭਣ ਲੱਗਾ ਜੋ ਕਿ ਮਾਮੀ ਨੇ ਗਾਰਡ ਤੋਂ ਪੁੱਛ ਕੇ ਉਹਨੂੰ ਦੱਸਿਆ ਸੀ। ਕੁਝ ਹੀ ਦੇਰ ਵਿੱਚ ਉਹ ਉਹਨਾਂ ਦੀ ਮਦਦ ਨਾਲ ਉਹ ਰੂਮ ਲੱਭਣ ਵਿੱਚ ਸਫਲ ਹੋ ਗਿਆ ਅਤੇ ਰੂਮ 'ਚ ਉਹਨੂੰ ਸੁਖਮਣੀ ਬੈਠੀ ਦਿਖਾਈ ਦਿੱਤੀ। ਸੁਖਮਣੀ ਨੂੰ ਦੇਖ ਕੇ ਉਹਨੇ ਆ ਦੇਖਿਆ ਨਾ ਤਾਂ ਕਮਰੇ ਦਾ ਦਰਵਾਜ਼ਾ ਭੰਨ ਕੇ ਉਹਨੇ ਅੰਦਰ ਵੜਦਿਆਂ ਹੀ ਸੁਖਮਣੀ ਦੀ ਬਾਂਹ ਫੜ ਲਈ। ਜੱਗੀ ਨੇ ਜਿਉਂ ਹੀ ਸੁਖਮਣੀ ਦੀ ਬਾਂਹ ਫੜੀ ਇਸ ਤੋਂ ਪਹਿਲਾਂ ਉਹ ਪਿੱਛੇ ਮੁੜ ਕੇ ਦੇਖਦੀ। ਇੰਸਪੈਕਟਰ ਨੇ ਪਟਾਕ ਕਰਦਾ ਰਫਲ ਦਾ ਬੱਟ ਉਹਦੇ ਸਿਰ ਦੇ ਪਿਛਲੇ ਪਾਸੇ ਮਾਰਿਆ ਅਤੇ ਜੱਗੀ ਚੁਫਾਲ ਧਰਤੀ ਉੱਤੇ ਡਿੱਗ ਪਿਆ। ਡਿੱਗਣ ਸਾਰ ਉਹਦੀਆਂ ਅੱਖਾਂ ਮੋਹਰੇ ਹਨੇਰਾ ਛਾ ਗਿਆ ਅਤੇ ਉਹਨੂੰ ਦਿਸਣਾ ਬੰਦ ਹੋ ਗਿਆ। ਕੁਝ ਹੀ ਪਲਾਂ 'ਚ ਉਹਦੇ ਹੋਸ਼ ਉੱਡ ਪੁੱਡ ਗਏ ਅਤੇ ਉਹ ਅਰਧ ਬੇਹੋਸ਼ੀ ਦੀ ਹਾਲਤ 'ਚ ਚਲਾ ਗਿਆ। ਇਹ ਸਭ ਇੰਨੀ ਜਲਦੀ ਹੋਇਆ ਕਿ ਜੱਗੀ ਨੂੰ ਸਮਝ ਹੀ ਨਹੀਂ ਲੱਗੀ ਕਿਹਨੇ ਉਹਦੇ ਨਾਲ ਕੀ ਕਰ ਦਿੱਤਾ। ਅੱਖਾਂ ਦੇ ਫੋਰ ਨਾਲ ਪੁਲਿਸ ਨੇ ਜੱਗੀ ਦੇ ਬਾਕੀ ਦੋਸਤਾਂ ਨੂੰ ਵੀ ਗ੍ਰਿਫਤਾਰ ਕਰਕੇ ਪੁਲਿਸ ਜੀਪ ਵਿੱਚ ਲਿਆ ਸੁੱਟਿਆ ਜਿੱਥੇ ਜੱਗੀ ਪਹਿਲਾਂ ਹੀ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ। ਉਹ ਸਾਰੇ ਹੈਰਾਨ ਪਰੇਸ਼ਾਨ ਸਨ ਕਿ ਇਹ ਹੋਇਆ ਕੀ ਹੈ ਅਤੇ ਕਿਸਨੇ ਕੀਤਾ ਹੈ। ਜੀਤ, ਜੋਰਾ, ਸੁਖਮਣੀ ਅਤੇ ਬਾਕੀ ਸਾਰੇ ਵੀ ਉੱਥੇ ਪਹੁੰਚ ਚੁੱਕੇ ਸੀ। ਉਹਨਾਂ ਆਪਣੀ ਅੱਖਾਂ ਨਾਲ ਆਪਣੇ ਦੁਸ਼ਮਣ ਨੂੰ ਢੇਰ ਹੋਏ ਦੇਖਿਆ ਤਾਂ ਉਹਨਾਂ ਦੇ ਮਨ ਨੂੰ ਬੜੀ ਤਸੱਲੀ ਹੋਈ ਅਤੇ ਉਹ ਬੇਫਿਕਰ ਹੋ ਗਏ। ਪੁਲਿਸ ਇੰਸਪੈਕਟਰ ਕੁਝ ਕੁ ਗੱਲਾਂ ਉਹਨਾਂ ਨਾਲ ਅਤੇ ਮਾਮੀ ਨਾਲ ਕਰਕੇ ਜੱਗੀ ਅਤੇ ਉਹਦੇ ਦੋਸਤਾਂ ਨੂੰ ਲੈ ਗਿਆ। ਸੁਖਮਣੀ ਅਤੇ ਪੂਰੇ ਪਰਿਵਾਰ ਨੇ ਹੋਸਟਲ ਵਾਲਿਆਂ ਅਤੇ ਪੁਲਿਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਘਰ ਨੂੰ ਵਾਪਸ ਆ ਗਏ। ਘਰੇ ਆ ਕੇ ਉਹਨਾਂ ਨੇ ਚੈਨ ਦਾ ਸਾਹ ਲਿਆ ਅਤੇ ਮਾਮੀ ਦਾ ਧੰਨਵਾਦ ਕੀਤਾ ਕਿ ਅਖੀਰ ਉਹਨੇ ਇਮਾਨਦਾਰੀ ਨਾਲ ਉਹਨਾਂ ਦਾ ਸਾਥ ਦਿੱਤਾ। ਮਾਮੀ ਨੇ ਵੀ ਆਪਣੀ ਗਲਤੀ ਮੰਨੀ ਅਤੇ ਹੱਥ ਜੋੜ ਕੇ ਸਾਰਿਆਂ ਤੋਂ ਮਾਫ਼ੀ ਮੰਗੀ। ਸਾਡੇ ਮਾਫ਼ ਕਰਨ ਜਾਂ ਨਾ ਕਰਨ ਨਾਲ ਕੀ ਫ਼ਰਕ ਪੈਂਦਾ ਮਾਮੀ, ਉਸ ਰੱਬ ਤੋਂ ਮਾਫ਼ੀ ਮੰਗ ਜਿਹਦੇ ਬੰਦਿਆਂ ਦਾ ਤੂੰ ਦਿਲ ਦੁਖਾਇਆ।
माफी ओ देऊगा, असी कौन हुन्ने आ माफ करन वाले, जीत ने कहा। ओ ता शायद ही मैनू कदे माफ करे पुत, मेरे गुनाह बहुत वड्डे आ, मैं लोकां दीआं धीआं दी जिंदगी खराब करके बददुआवां ही खट्टियां, अपने कीते गुनाह दी सजा ता मैनू भुगतनी ही पऊगी, ते मैं भुगतन नू तैयार भी हाँ। बस सुखमनी ते तुसी सारे मैनू माफ़ कर दो, मामी हाथ जोड़ के बोली। साडे वल्लों ता तू माफ़ ही है मामी, सानू कोई गुस्सा नहीं होण, जे तू गलत कीता ता सही करन च वी साडा साथ दित्ता, सुखमनी बोली। रही गल ओदे दर ते माफ़ी दी, जे इंसान पुठे काम छड के तौबा करे अते सीधे राह ते चले ता ओ वी माफ़ कर दिंदा, क्योंकि परमात्मा बड़ा दीन दयाल है। भाई तू सच्चे दिलों मंग के ता देख, माफ़ी की सच्चो सच्चे दिलों मंगे तो ता रब आप भी आण के मिल पैंदा, अर्जन सिंह बोलिया। चलो ठीक है जी, तुहाडा बहुत बहुत धन्नवाद, तुहाडा दिल भाई बहुत वड्डा सारिआं दा, जिहो जिहा सबर पम्मी च सी उहो जिहा उहदे बच्चिआं च आ, बहुत वधिया सिक्ख्या दित्ती है पम्मी ने बच्चिआं नूं, इह कदे जिंदगी च मार नहीं खा सकदे, इह बच्चे हमेशा खुश रहिण, परमात्मा तुहाडी हर इच्छा पूरी करे। तुसी तां मेरिआं वी अक्खां खोल दित्तीआं, चंगा भाई हुण मैं चलदी आं, मामी बोली। ओ अज रह पैंदे मामी, एक अद्धी होर घटना सुना दिंदे थोड़े प्यो शिंदे वैली दी, नाले बाकी सारे भी सुन लैणगे, जेडे रह गए सी कह के जोरा उच्ची देने हस पिया। ना भाई तुसी तां मेरा मजाक उड़ाउंदे हो, मैं नहीं सुनाउंदी हुण कोई गल, आ जेडे रह गए इन्हां नूं तू ही सुना दई, मैं हुण चली, मेरा पोता रोंदा होऊ घरे, ओ मेरे बिन जी नहीं लाउंदा, कहिंदे होए मामी ने सब तो इजाजत लई। चलो फिर हुण आपां वी चलीए, परसों दे बैठे आ, हुण तां सारा काम सुध हो गया, अर्जन सिंह बोलिया। ओ नहीं बापू यार, महीना हो गया ही कुछ चली जांदे नूं, सारे टेंशन च ही तुरे फिरदे आ, अज मसा चिंता मुक्की है, तुसी रहो आपां अज सारे गल्लां करांगे, जोरा बोलिया। ओ शेरा घरे तरसेम कल्ला, तेनू पता ओह पी लैंदा, फिर औखा घरे तेनू पता ता है, तुसी आ जाओ सारा टब्बर उत्थे साडे कोल, फिर सारे बह के गल्लां करांगे, अर्जन सिंह बोलिया। लै फिर मामे नू की मोर पैंदे आ, हैगे आ घरे उहदे जवाक, मामी वी हैगी आ, असी तुहानू नहीं जान देना अज, सुखमनी ने जिद कीती। तरसेम तां जमी निरमोहा हो गया, कदे जान वारदा सी, हुण एडी गल हो गई पुछया तक नहीं, पम्मी भावुक हो के बोली। ओ भूआ तू हुण ओई ना सींड सिट, असी तां रह ही पैणे आ, सुबह चल जांगे बापू आपां, शनी ने कहा तां सारे उच्ची उच्ची हस पए। पम्मी दे पेके अज रह पए सन, ओ सारे बहुत खुश सन, पम्मी अते उहदियां छोटियां दोनों भरजाइयां ने जल्दी जल्दी काम नबेड़ना शुरू कर दिता। जोरा अते सुखमनी अपने मामिआं दे जवाकां नाल मौज मस्ती कर रहे सन, जीत अपने सालिआं अते अर्जन सिंह नूं लै के खेत गेड़ा मारन नूं तुर गिआ सी। सदियां बाद अज फिर ढेर सारियां खुशियां ने पम्मी दे घर पैर पाए सन, ओह सिर ते चुन्नी लै के बाबे मोहरे इन्हां खुशियां नूं नज़रों बचाउण दीआं अरदासां कर रही सी। इस कहानी दा अगला भाग तुहाडे लई कल नूं पेश कीता जावेगा, कृपा करके साडे चैनल नूं सबसक्राइब जरूर कर लवो अते वीडियो नूं लाइक अते शेयर कर दवो अते इक वधिया जिहा कमेंट करके जरूर दसो इह कहानी तुहानूं किस तरह दी लगी। तुहाडा कीमती समां देण लई बहुत बहुत धन्नवाद।